ਹਾਂਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ Jaws Sikhie India ਦੇ ਉੱਪਰ। ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤੇ ਤੁਸੀਂ ਜਿਹੜਾ ਜੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਕਰਕੇ ਨਹੀਂ ਰੱਖਿਆ ਤਾਂ ਵੀਡੀਓ ਦੇ نیچے ਹੀ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਜਿਹੜਾ ਜੀ ਦਿੱਤਾ ਹੋਇਆ ਮਿਲ ਜਾਊਗਾ। ਉਸ ਨੂੰ ਦਬਾ ਦੇਣਾ ਤੇ ਨਾਲ ਹੀ ਉਸ ਦੇ ਘੰਟੀ ਵਾਲਾ ਬਟਨ ਵੀ ਆ ਜਾਵੇਗਾ। ਤੁਸੀਂ ਉਸ ਨੂੰ ਵੀ ਦਬਾ ਦੇਣਾ ਹੈ ਤਾਂ ਕਿ ਇਨ ਫਿਊਚਰ ਜਦੋਂ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਜੀ ਤਾਂ ਸਭ ਤੋਂ ਪਹਿਲਾਂ ਲਾਈਫਟਾਈਮ ਲਈ ਤੁਹਾਨੂੰ ਸਦਾ ਫ੍ਰੀ ਵਿੱਚ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜ਼ਿਆਦਾ ਟਾਈਮ ਵੇਸਟ ਨਾ ਜੀ ਪੀਐਸਟੈਟ ਦੇ ਪੇਪਰ ਨੂੰ ਲੈ ਕੇ ਜਿਸ ਦੇ ਵਿੱਚ ਕੈਂਡੀਡੇਟਸ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਨੇ ਕੈਂਡੀਡੇਟਸ ਦੇ ਜਿਹੜੇ ਐਗਜ਼ਾਮਸ ਹੋਣਗੇ ਜੀ ਉਹਨਾਂ ਦੇ ਲੋਕਲ ਸੈਂਟਰਸ ਵਿੱਚ ਹੀ ਹੋਣਗੇ ਪਰ ਵੋਟਾਂ ਪੈਣ ਤੋਂ ਪਹਿਲਾਂ ਹੀ ਸਰਕਾਰ ਨੇ ਜਿਹੜੀਆਂ ਨੇ ਜੀ ਉਹਨਾਂ ਦੀ ਇੱਕ ਵਾਰੀ ਫਿਰ ਤੋਂ ਧੀਆਂ ਡਾ ਦਿੱਤੀਆਂ ਗਈਆਂ ਨੇ ਬੋਰਡ ਵੱਲੋਂ ਜਿਹੜਾ ਹੈ ਜੀ ਪੀਐਸਟੈਟ ਦੇ ਰੋਲ ਨੰਬਰਸ ਨੇ ਉਹਨਾਂ ਦੇ ਡਿਸਟ੍ਰਿਕਟ ਤੋਂ 3300 4400 ਕਿਲੋਮੀਟਰ ਜਿਹੜੇ ਪਾ ਦਿੱਤੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਤੁਸੀਂ ਇੱਥੇ ਲੈਫਟ ਸਾਈਡ ਦੇ ਤੁਸੀਂ ਮੇਰੇ ਕਮੈਂਟਸ ਦੇ ਵਿੱਚ ਦੇਖ ਸਕਦੇ ਹੋ ਜੀ ਇੱਥੇ ਕਮੈਂਟ ਕੀਤੇ ਹੋਏ ਨੇ ਬਹੁਤ ਸਾਰੇ ਕੈਂਡੀਡੇਟਸ ਦੇ ਕਿ ਜਿਹੜੇ ਉਹਨਾਂ ਦੇ ਪੇਪਰਸ ਨਹੀਂ ਉਹ 4400 ਕਿਲੋਮੀਟਰ ਤੇ ਦੂਰੀ ਤੇ ਪਾਏ ਗਏ ਨੇ ਫਿਲਹਾਲ ਦੇ ਲਈ ਤਾਂ ਪੇਪਰ ਹੋਣਾ ਹੈ ਜਾਂ ਨਹੀਂ ਹੋਣਾ ਇਸ ਦੇ ਰਿਗਾਰਡਿੰਗ ਨਹੀਂ ਪਤਾ ਜੀ ਕਿਸੇ ਨੂੰ ਵੀ ਪਰ ਬਹੁਤ ਸਾਰੇ ਕੈਂਡੀਡੇਟਸ ਦੇ ਵਿੱਚ ਇਸ ਦੇ ਰਿਗਾਰਡਿੰਗ ਜੋਸ ਪਾਇਆ ਜਾ ਰਿਹਾ ਹੈ ਇੱਕ ਤਾਂ ਜੀ ਸੀਟੈਟ ਦਾ ਜਿਹੜਾ ਪੇਪਰ ਹੈ ਕੈਂਡੀਡੇਟਸ ਵੱਲੋਂ ਬਹੁਤ ਜ਼ਿਆਦਾ ਫੀਸਾਂ ਭਰੀਆਂ ਗਈਆਂ ਨੇ ਜੀ ਸੀਟੈਟ ਦੇ ਪੇਪਰ ਦੀਆਂ ਵੀ ਪਰ ਬੋਰਡ ਵੱਲੋਂ ਜਿਹੜਾ ਹੈ ਜੀ ਸੇਮ ਡੇਟਸ ਇੱਥੇ ਅਨਾਉਂਸ ਕੀਤੀ ਗਈ ਹੈ ਪੰਜਾਬ ਟੈਟ ਦੀ ਜਿਹੜੀ ਸੇਮ ਡੇਟ ਅਨਾਉਂਸਮੈਂਟ ਕੀਤੀ ਗਈ ਹੈ 24 ਤਰੀਕ ਇਸੇ ਦਿਨ ਹੀ ਸੀਟੈਟ ਦਾ ਪੇਪਰ ਹੈ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਸਾਰੇ ਕੈਂਡੀਡੇਟ ਦੇ ਮੈਸੇਜ ਵੀ ਆਏ ਹੋਏ ਨੇ ਜੀ ਪੀ ਸਟੈਟ 2 ਡਿਸਟ੍ਰਿਕਟ ਚ ਹੋਣਾ ਚਾਹੀਦਾ ਹੈ ਪੀ ਐਸਟ ਐਗਜ਼ਾਮ ਪੋਸਟਪੋਨ ਹੋਣਾ ਚਾਹੀਦਾ ਹੈ ਜੀ ਮੇਰੇ ਜਿਹੜਾ ਹੈ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਲੁਧਿਆਣਾ ਹੈ ਦੋਨੋਂ ਐਗਜ਼ਾਮ ਪੀ ਸਟੈਟ ਪੋਸਟਪੋਨ ਹੋਣੇ ਚਾਹੀਦੇ ਨੇ ਸਰ ਸੈਂਟਰ ਆਪਣੀ ਸਿਟੀ ਚ ਹੋਣਾ ਚਾਹੀਦਾ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਸਾਰੇ ਕੈਂਡੀਡੇਟਸ ਦੇ ਜਿਹੜੇ ਐਗਜ਼ਾਮ ਨੇ ਜੀ ਉਹ ਸੇਮ ਡੇ ਵੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਵੀਵਾ ਕਪੂਰ ਦਾ ਜਿਹੜਾ ਮੈਸੇਜ ਹੈ ਮੇਰਾ ਸੀਟ ਟੈਟ ਰਿਪੀਟਡ ਸੇਮ ਡੇ ਹੈ ਜੀ ਅਗਰ ਪੀਟੈਟ ਪੋਸਟਪੋਨ ਨਹੀਂ ਹੁੰਦਾ ਤਾਂ ਅਮਾਉਂਟ ਰਿਫੰਡ ਹੋਣੀ ਚਾਹੀਦੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਸਾਰੇ ਕੈਂਡੀਡੇਟਸ ਵਿੱਚ ਬਹੁਤ ਵੱਡਾ-ਵੱਡਾ ਰੋਸ ਪਾਇਆ ਜਾ ਰਿਹਾ ਜੀ ਕਿਉਂਕਿ ਜਿਹੜੇ ਨੇ ਪੇਪਰਸ ਨੇ ਪਹਿਲੀ ਗੱਲ ਤਾਂ ਪੀਟੈਟ ਦਾ ਜਿਹੜਾ ਪੇਪਰ ਹੈ ਜੀ ਕਾਫੀ ਟਾਈਮ ਬਾਅਦ ਹੋ ਵੀਰ ਨਹੀਂ ਦਿੱਤਾ ਗਿਆ ਕਿ ਜਿਹੜਾ ਇਹ ਪੇਪਰ ਹੈ ਇਹ ਅੱਗੇ ਪੋਸਟਪੋਨ ਕੀਤਾ ਜਾਏਗਾ ਨਹੀਂ ਪਰ ਪੋਸਟਪੋਨ ਹੋਣਾ ਚਾਹੀਦਾ ਜੀ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਨੇ ਪੈਸੇ ਭਰੇ ਨੇ ਜੀ ਪੀਐਸ ਟੈਟ ਹੋ ਜਾਏ ਚਾਹੇ ਸੀਟੈਟ ਪੋਸਟਪੋਨ ਹੋ ਜਾਏ ਪਰ ਇੱਕ ਪੇਪਰ ਜਿਹੜਾ ਹੈ ਜੀ ਇੱਥੇ ਪੋਸਟਪੋਨ ਕਰਨਾ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਜੀ ਕਿਉਂਕਿ ਇੱਕ ਹੀ ਪੇਪਰਸ ਨੇ ਜਿਹੜੇ ਇੱਕ ਦਿਨ ਦੇ ਵਿੱਚ ਨਹੀਂ ਲਏ ਜਾ ਸਕਦੇ ਸੇਮ ਪੇਪਰ ਨੇ ਜੀ ਬਿਕਾਉਜ਼ ਮੇਰੇ ਕਹਿਣ ਦਾ ਮਤਲਬ ਹੈ ਕਿ ਦੋਨੋਂ ਹੀ ਜਿਹੜੇ ਨੇ ਓਹੋ ਟੀਚਰਾਂ ਦੀ ਕੈਟਾਗਰੀ ਦੇ ਨਾਲ ਸੰਬੰਧਿਤ ਨਵੇਂ ਪੇਪਰਸ ਇਸ ਕਰਕੇ ਜਿਹੜਾ ਜੀ ਇਹਨਾਂ ਵਿੱਚੋਂ ਇੱਕ ਪੇਪਰ ਨੂੰ ਪੋਸਟਪੌਨ ਕਰ ਦੇਣਾ ਚਾਹੀਦਾ 119 ਕਮੈਂਟ ਜਿਹੜੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਮੇਰੀ ਵੀਡੀਓ ਦੇ ਉੱਪਰ ਜਿਹੜੇ ਇਹ ਆਏ ਹੋਏ ਨੇ ਤੇ ਇੱਥੇ ਬਹੁਤ ਜ਼ਿਆਦਾ ਸਰਕਾਰ ਦੇ ਵਿਰੁੱਧ ਜਿਹੜਾ ਇਹਨੇ ਬੋਲਿਆ ਜਾ ਰਿਹਾ ਹੈ ਤੇ ਇੱਥੇ ਮੈਂ ਸਿੱਖਿਆ ਮੰਤਰੀ ਨੂੰ ਵੀ ਰਿਕੁਐਸਟ ਕਰਨੀ ਚਾਹਾਂਗਾ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਇਹ ਜੀ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਕੈਡੀਡੇਟ ਦੇ ਮੈਸੇਜ ਤੁਸੀਂ ਦੇਖ ਸਕਦੇ ਹੋ ਇੱਥੇ ਆਏ ਹੋਏ ਨੇ ਤੇ ਮੈਂ ਕੈਡੀਡੇਟਸ ਜਿਨ੍ਹਾਂ ਦਾ ਪੇਪਰ ਸੇਮ ਡੇਟ ਨੂੰ ਜਿਹੜੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਿਹੜੀਆਂ ਨੇ ਆ ਜਿਆਦਾ ਤੋਂ ਜਿਆਦਾ ਮੇਲਸ ਪਾਓ ਤੇ ਕਾਲ ਜਿਆਦਾ ਤੋਂ ਜਿਆਦਾ ਕਰੋ ਤੇ ਉਹਨਾਂ ਨੂੰ ਜਿਹੜਾ ਜੀ ਇਹ ਦੱਸਿਆ ਜਾਵੇ ਫਿਲਹਾਲ ਦੇ ਲਈ ਵੈਸੇ ਤਾਂ ਉਹਨਾਂ ਨੂੰ ਪਤਾ ਹੀ ਹੋਏਗਾ ਜੀ ਜਿਹੜੇ ਪੇਪਰਸ ਨੇ ਸੇਮ ਡੇਟ ਦੇ ਵਿੱਚ ਹੋ ਰਏ ਨੇ ਪਰ ਸਰਕਾਰ ਵੱਲੋਂ ਕਿਤੇ ਨਾ ਕਿਤੇ ਜਿਹੜਾ ਹੈ ਜੀ ਕੈਂਡੀਡੇਟਸ ਦੇ ਨਾਲ ਪੱਧਾ ਮਜ਼ਾ ਕੀਤਾ ਜਾਂਦਾ ਹਰ ਵਾਰ ਹੀ ਜਿਹੜਾ ਹੈ ਜੀ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਾਨਵਜ ਕੇ ਡੇਟਸ ਨੂੰ ਕ੍ਰੈਸ਼ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਕੈਂਡੀਡੇਟਸ ਵੱਲੋਂ ਕੁਝ ਵੀ ਨਾ ਬੋਲਿਆ ਜਾਵੇ ਇਸ ਕਰਕੇ ਮੇਰੀ ਰਿਕੁਐਸਟ ਇਹੀ ਹੈ ਜੀ ਇਸ ਪੇਪਰ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਹੈ ਜੀ ਥੋੜੇ ਦਿਨਾਂ ਦੇ ਲਈ ਪੋਸਟਪੋਨ ਕਰ ਦਿੱਤਾ ਜਾਏ ਦੋਨਾਂ ਵਿੱਚੋਂ ਇੱਕ ਪੇਪਰ ਜਿਹੜਾ ਜੀ ਪੋਸਟਪੋਨ ਜ਼ਰੂਰ ਹੋਣਾ ਚਾਹੀਦਾ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਆ ਤੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਜਿਹੜਾ ਜੀ ਇਹਨਾਂ ਨੂੰ ਬੋਰਡ ਨੂੰ ਮੈਸੇਜ ਜਿਆਦਾ ਤੋਂ ਜਿਆਦਾ ਮੇਲਸ ਕਰੋ ਜੀ ਆ ਤੇ ਜਿਆਦਾ ਤੋਂ ਜਿਆਦਾ ਤੁਸੀਂ ਜਿਹੜਾ ਹੈ ਮੇਲਸ ਕਰੋ ਤੇ ਜਿਆਦਾ ਤੋਂ ਜਿਆਦਾ ਜਿਹੜੀਆਂ ਨੇ ਇਹਨਾਂ ਨੂੰ ਕਾਲਸ ਕਰਕੇ ਤੰਗ ਸੇਮ ਅਪਡੇਟ ਦੇ ਵਿੱਚ ਪੇਪਰਸ ਹੋ ਰਹੇ ਨੇ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਫਰੈਂਡਸ ਦੇ ਵਿੱਚ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਵੀਡੀਓ ਤੁਹਾਨੂੰ ਜਿਹੜੀ ਹੈ ਇੱਥੇ ਟਾਈਮ ਟੂ ਟਾਈਮ ਜਿਹੜੀ ਹੈ ਸਾਡੇ ਵੱਲੋਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਜਿਵੇਂ ਕੋਈ ਹੋਰ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਜੀ ਤੁਹਾਨੂੰ ਇਸ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਅਪਡੇਟ ਜ਼ਰੂਰ ਕਰ ਦਿੱਤਾ ਜਾਏਗਾ ਥੈਂਕ ਯੂ ਫਰੈਂਡਸ ਥੈਂਕ ਯੂ ਫਾਰ ਵਾਚਿੰਗ ਜੌਬਸ ਇਨ ਇੰਡੀਆ ਚੈਨਲ